ਦਾਸਾਂ ਨੇ ਮੇਰੇ ਪ੍ਰੇਰਿਤ ਕੀਤੀ, ਮੈਨੂੰ ਪ੍ਰਭੂ ਨੇ ਚੰਗਾ ਕੀਤਾ, ਸਾਰੇ ਭੈਣ ਭਰਾ ਮੰਨ ਗਿਆ। ਇਸੇ ਤਰ੍ਹਾਂ ਉਸਨੇ ਬੱਚੀ ਸਾਡੇ ਕੋਲੇ ਸੀ, ਜਦ ਦਮੇ ਦੇ ਇੰਨੀ ਦਰਦ ਹੋ ਗਏ ਤੇ ਏਦਾਂ ਮਤਲਬ ਇਹਦਾ ਸੀ ਗੁੱਛਾ ਹੋ ਗਿਆ ਤੇ ਮੈਂ ਕਿਹਾ ਚਲੋ ਫਟਾਫਟ ਏਦਾਂ ਕਰੋ, ਚਲੋ ਦਵਾਈ ਖਾਣਾ ਕੋਈ ਮਨਾ ਨੀ, ਪਾਪ ਨੀ, ਮੈਂ ਕਿਹਾ ਚਲੋ ਡਾਕਟਰ ਨੂੰ ਸੱਦੋ, ਸੱਦ ਕੇ ਇੰਜੈਕਸ਼ਨ ਲਾ ਦਿੰਦੇ ਹਾਂ। ਇਹਨੇ ਫੋਨ ਕੀਤਾ, ਲੱਗਾ ਨੀ ਫੋਨ, 11 ਦਾ ਟਾਈਮ ਸੀਗਾ। ਚਲੋ ਮੈਂ ਕਿਹਾ ਏਦਾਂ ਕਰੋ, ਕੁੜੀ ਨੂੰ ਉੱਥੇ ਆਪਣੇ ਡਾਕਟਰ ਦੇ ਲੈ ਚਲੋ। ਫਿਰ ਮੈਂ ਮਨ ਦੇ ਸੋਚਿਆ, ਮੈਂ ਕਿਹਾ ਪਹਿਲਾਂ ਪ੍ਰੇਅਰ ਕਰਦੇ ਹਾਂ। ਜਦੋਂ ਮੈਂ ਪ੍ਰੇਰਿਤ ਕੀਤੀ ਜਗਦਮ, ਉਸੇ ਵਕਤ ਫਿਰ ਪ੍ਰਭੂ ਜੀ ਨੇ ਚੰਗਾ ਕੀਤਾ। ਫਿਰ ਪੁੱਛਿਆ ਮੈਂ ਕਿਹਾ ਕਿੱਦਾਂ ਦਰਦ, ਕਹਿੰਦੀ ਕੋਈ ਦਰਦ ਨੀ, ਪੁੱਛੇ ਤਾੜੀ ਦਾ।